ਪੰਜਾਬ ਕੈਬਨਿਟ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੇ ਇਸ ਦੇ ਆਲੇ ਦੁਆਲੇ ਦੇ ਵਿਕਾਸ ਤੇ ਸੁੰਦਰੀਕਰਨ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਸਥਾਪਿਤ ਕਰਨ ਲਈ ਵਿਸ਼ੇਸ਼ ਮਤਾ ਪਾਸ ਕੀਤਾ। ਇਹ ਮਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਪੰਜਾਬ ਕੈਬਨਿਟ ਵਿੱਚ ਪਾਸ ਕੀਤਾ ਗਿਆ। ਮੁੱਖ ਮੰਤਰੀ ਵੱਲੋਂ ਇਸ ਇਤਿਹਾਸਕ ਮੌਕੇ ਇਸ ਇਲਾਕੇ ਵਿੱਚ ਲੱਖਾਂ ਸ਼ਰਧਾਲੂਆਂ ਦੇ ਆਉਣ ਦੇ ਮੱਦੇਨਜ਼ਰ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਤੇ ਸੁਵਿਧਾਵਾਂ ਵਾਸਤੇ ਪਹਿਲਾਂ ਹੀ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ। ਇਹ ਐਲਾਨ 23 ਨਵੰਬਰ 2018 ਨੂੰ ਗੁਰਪੁਰਬ ਮੌਕੇ ਸੂਬਾ ਸਰਕਾਰ ਵੱਲੋਂ ਹਰ ਸਾਲ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਮੌਕੇ ਕੀਤਾ ਗਿਆ ਸੀ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਵਿਸ਼ੇਸ਼ ਮਤੇ ਰਾਹੀਂ ਸਵਾਗਤ ਕੀਤਾ ਗਿਆ ਹੈ ਅਤੇ ਇਸ ਨੂੰ ਇੱਕ ਇਤਿਹਾਸਕ ਕਦਮ ਦੱਸਿਆ। ਅੱਜ ਮੀਟਿੰਗ ਦੌਰਾਨ ਮੰਤਰੀ ਮੰਡਲ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਆ ਰਹੀ ਮੰਗ ਪੂਰੀ ਹੋਈ ਹੈ। ਕੈਬਨਿਟ ਨੇ 13 ਦਸੰਬਰ ਤੋਂ 15 ਦਸੰਬਰ ਤੱਕ 3 ਦਿਨਾਂ ਦਾ ਵਿਧਾਨ ਸਭਾ ਦਾ ਇਜਲਾਸ ਸੱਦਿਆ ਹੈ। ਕੈਬਨਿਟ 'ਚ ਫੈਸਲਾ ਸਭ ਤੋਂ ਪਹਿਲਾਂ ਰੈਜੋਲਿਊਸ਼ਨ ਹੋਇਆ ਕਰਤਾਰਪੁਰ ਕੋਰੀਡੋਰ ਦਾ, ਵੀ ਅਸੀਂ ਕੈਪਟਨ ਸਾਹਿਬ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਦਾ ਰੈਜੋਲਿਊਸ਼ਨ ਪੇਸ਼ ਕੀਤਾ। ਯੂਨੈਨੀਮਸਲੀ ਪਾਸ ਹੋਇਆ। ਬਾਬਾ ਨਾਨਕ ਜੀ 13-13 ਕਰਦੇ ਸੀਗੇ। ਅਸੀਂ ਡੇਰਾ ਬਾਬਾ ਨਾਨਕ ਦੇ ਆਲੇ ਦੁਆਲੇ ਦੇ ਨੀਅਰਸਟ 13 ਪਿੰਡ ਲੈ ਕੇ ਉਹਨਾਂ ਦੀ ਡਿਵੈਲਪਮੈਂਟ ਕਰਨ ਦੀ ਅਥਾਰਟੀ ਬਣਾਈ ਹੈ ਅੰਡਰ ਦੀ ਚੇਅਰਮੈਨਸ਼ਿਪ ਆਫ ਕੈਪਟਨ ਅਮਰਿੰਦਰ ਸਿੰਘ ਜੀ। ਲੋਕਲ MLA ਐਂਡ ਲੋਕਲ MP ਵਿਲ ਬੀ ਮੈਂਬਰਸ, ਮਨਿਸਟਰ ਹਾਊਸਿੰਗ ਵਿਲ ਬੀ ਮੈਂਬਰ। ਸੋ ਉਸ ਇਲਾਕੇ ਕੀ ਪਲੈਨ ਡਿਵੈਲਪਮੈਂਟ ਹੋਊਗੀ। ਇਹ ਪਹਿਲਾ ਰੈਜੋਲਿਊਸ਼ਨ ਥਾ। ਹਾਂ, ਇਹ ਪਹਿਲਾ ਰੈਜੋਲਿਊਸ਼ਨ ਸੀ ਵੀ ਡੇਰਾ ਬਾਬਾ ਨਾਨਕ ਦੀ ਪਲੈਨ ਡਿਵੈਲਪਮੈਂਟ ਹੋਣੀ ਹੈ। 13 ਪਿੰਡ ਲਏ ਨੇ ਕਿਉਂਕਿ ਬਾਬੇ ਨਾਨਕ ਜੀ ਦਾ 13-13 ਦਾ ਮਿਸ਼ਨ ਸੀਗਾ। ਸੋ ਉਹ ਪਾਸ ਜਿਹੜਾ ਹੋਇਆ ਵਾ। ਬਾਕੀ ਵੱਖਰੇ ਵੱਖਰੇ ਡਿਪਾਰਟਮੈਂਟਾਂ ਦੇ ਰਿਪੋਰਟਸ ਪੇਸ਼ ਹੋਈਆਂ ਸਨ। ਸਿੱਧੂ ਸਾਹਿਬ ਦੀ 1 ਟਾਈਮ ਸ਼ਟਡਾਊਨ ਪਾਲਿਸੀ ਸੀ, ਪਰ ਸਿੱਧੂ ਸਾਹਿਬ ਆਪ ਨਹੀਂ ਸੀ, ਇਸ ਕਰਕੇ ਸਿੱਧੂ ਸਾਹਿਬ ਦੀ ਗੈਰ ਹਾਜ਼ਰੀ 'ਚ ਪ੍ਰੋਗਰਾਮ ਡੈਫਰ ਕਰਤਾ ਗਿਆ ਵਾ। ਬਾਕੀ ਵਾਟਰ ਐਗਰੋਲਾਈਜੇਸ਼ਨ ਅਥਾਰਟੀ ਦੀ ਪ੍ਰਪੋਜ਼ਲ ਬਣੀ ਹੈ, ਉਹ ਵੀ ਬਣ ਰਹੀ ਆ ਵੀ ਜੇ ਕਿਸੇ ਨੇ ਟਿਊਬਵੈੱਲ ਲਾਉਣਾ ਉਹ ਇਜਾਜ਼ਤ ਲਏਗਾ, ਕਿਉਂਕਿ ਪਾਣੀ ਘੱਟਦਾ ਜਾ ਰਿਹਾ ਅਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਕਿਤੇ ਰੇਗਿਸਤਾਨ ਨਾ ਬਣ ਜਾਵੇ, ਉਹਦੇ ਲਈ ਉਹ ਅਥਾਰਟੀ ਜਿਹੜੀ ਪ੍ਰਪੋਜ਼ ਕੀਤੀ ਗਈ ਹੈ।